ਇੱਕ ਬੰਦਗੀ ਹੋਏਗੀ ਬਾਬਾ ਦੀਪ ਸਿੰਘ ਜੀ ਦੀ। ਸੋਚਣ ਵਾਲੀ ਗੱਲ, ਕਿੰਨਾ ਕੁ ਭਜਨ ਹੋਏਗਾ ਬਾਬਾ ਦੀਪ ਸਿੰਘ ਜੀ ਦਾ, ਕਿੰਨਾ ਕੁ ਤਪ ਹੋਏਗਾ ਬਾਬਾ ਦੀਪ ਸਿੰਘ ਜੀ ਦਾ, ਕਿ ਬਿਨਾਂ ਸੀਸ ਤੋਂ ਵੀ ਲੜੇ। ਆਖੋ ਸਤਨਾਮ, ਬਿਨਾਂ ਸੀਸ ਤੋਂ ਵੀ ਲੜੇ। ਕਿੰਨਾ ਕੁ ਬੰਦਗੀ, ਕਿੰਨਾ ਕੁ ਭਜਨ, ਕਿੰਨਾ ਕੁ ਤਪ ਹੋਏਗਾ ਬਿਨਾਂ ਸੀਸ ਤੋਂ ਵੀ ਲੜੇ। ਜਾਲਮਾਨ ਅੰਮ੍ਰਿਤਸਰ ਦਰਬਾਰ ਸਾਹਿਬ ਨੂੰ ਯਾਦ ਕਰਾਇਆ, ਪ੍ਰਾਣ ਪੂਰਾ ਹੋਇਆ ਕਿਵੇਂ, ਜਦੋਂ ਅਰਦਾਸ ਕੀਤੀ ਸੀ ਨਾ ਤਰਨ ਤਾਰਨ ਸਾਹਿਬ ਬਾਬਾ ਦੀਪ ਸਿੰਘ ਜੀ। ਹੁਣ ਜੰਗ ਹੋਈ ਕੀ ਕਾਰਨ ਸੀ, ਧਿਆਨ ਨਾਲ ਹੁਣ ਸੁਣੋ। ਲਾਹੌਰ ਦਾ ਰਹਿਣ ਵਾਲਾ ਹਾਕਮ ਤੈਮੂਰ ਨਾ ਸੀ, ਲਾਹੌਰ ਦਾ ਰਹਿਣ ਵਾਲਾ ਹਾਕਮ ਤੈਮੂਰ ਜੀ ਦਾ ਨਾ ਸੀ। ਤੇ ਕਹਿੰਦੇ ਹਾਕਮ ਤੈਮੂਰ ਨੇ ਡਿਊਟੀ ਲਗਾਈ, ਡਿਊਟੀ ਜਿਹਦੀ ਡਿਊਟੀ ਲਗਾਈ ਨਾ ਉਹਨੇ ਬੜਾ ਹੰਕਾਰ ਸੀ, ਬੜਾ ਹੰਕਾਰੀ। ਉਹ ਕਹਿੰਦਾ ਵੀ ਮੇਰੇ ਵਰਗਾ ਕੋਈ ਯੋਧਾ ਨਹੀਂ ਹੋਣਾ, ਇੰਨਾ ਹੰਕਾਰ। ਮੇਰੇ ਵਰਗਾ ਕੋਈ ਸੂਰਮਾ ਨਹੀਂ ਹੋਣਾ, ਮੇਰੇ ਵਰਗਾ ਕੋਈ ਜਰਨੈਲ ਨਹੀਂ ਹੋਣਾ, ਉਹਨੂੰ ਬੜਾ ਹੰਕਾਰ। ਵੈਸੇ ਤੇ ਇਹ ਤਿੰਨ ਸੀ ਜਿਨ੍ਹਾਂ ਦਾ ਇਤਿਹਾਸ ਵਿੱਚ ਨਾਮ ਆਉਂਦਾ ਹੈ, ਜਹਾਨ ਖਾਂ, ਦੂਜਾ ਜ਼ਬਰਦਸਤ ਖਾਂ ਤੇ ਤੀਜਾ ਰੁਸਤਮ ਖਾਂ। ਹਾਕਮ ਤੈਮੂਰ ਨੇ ਜਹਾਨ ਖਾਂ ਦੀ ਡਿਊਟੀ ਲਗਾਈ, ਕਹਿੰਦਾ ਜਾ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਨੂੰ ਤੂਰ ਦੇ ਢਾ ਦੇ ਗਈ। ਕਿਉਂ? ਕਹਿੰਦਾ ਢਾ, ਕਿਉਂਕਿ ਜਿਹੜੀ ਸਿੱਖਾਂ ਨੂੰ ਸ਼ਕਤੀ ਮਿਲਦੀ ਹੈ ਨਾ, ਹਾਕਮ ਤੈਮੂਰ ਨੇ ਕਿਹਾ ਵੀ ਜਿਹੜੀ ਸਿੱਖਾਂ ਨੂੰ ਤਾਕਤ ਮਿਲਦੀ ਹੈ, ਐਨਰਜੀ ਮਿਲਦੀ ਹੈ, ਪਾਵਰ ਤਾਕਤ ਮਿਲਦੀ ਹੈ, ਇਹ ਉੱਥੇ ਜਾ ਕੇ ਬਾਣੀ ਪੜ੍ਹਦੇ ਨੇ ਤੇ ਸਰੋਵਰ ਵਿੱਚ ਇਸ਼ਨਾਨ ਕਰਦੇ ਨੇ, ਤਾਕਤ ਉੱਥੋਂ ਮਿਲਦੀ ਹੈ, ਇਹ ਸ਼ਕਤੀ ਉੱਥੋਂ ਮਿਲਦੀ ਹੈ, ਉੱਥੋਂ ਮਿਲਦੀ ਹੈ ਪਾਵਰ ਤਾਕਤ। ਉੱਥੇ ਜਾ ਕੇ ਬਾਣੀ ਪੜ੍ਹਦੇ ਨੇ, ਸਰੋਵਰ ਵਿੱਚ ਇਸ਼ਨਾਨ ਕਰਦੇ ਨੇ, ਤਾਕਤ ਉੱਥੋਂ ਮਿਲਦੀ ਹੈ। ਤੇ ਕਹਿੰਦੇ ਪੂਰ ਦੇ ਜਾ ਸਰੋਵਰ ਪੂਰ ਤੇ 40,000 ਮੁਗਲ ਪਠਾਨ ਫੌਜ, ਥੋੜੀ ਨਹੀਂ ਹੁੰਦੀ, 40,000 ਮੁਗਲ ਪਠਾਨਾਂ ਦੀ ਫੌਜ ਜਹਾਨ ਖਾਨ ਦੇ ਨਾਲ ਭੇਜੀ, ਜ਼ਬਰਦਸਤ ਖਾਂ ਰੁਸਤਮ ਖਾਂ ਵੀ ਨਾਲ, 40,000 ਮੁਗਲ ਪਠਾਨਾਂ ਦੀ ਫੌਜ ਭੇਜੀ। ਇਹ ਕਹਿੰਦੇ ਜਦੋਂ ਜ਼ਾਲਮ ਦਰਬਾਨੇ ਤੁਰੇ ਅੰਮ੍ਰਿਤ ਸਰੋਵਰ ਨੂੰ ਪੂਰ ਦੇਣ ਵਾਸਤੇ, ਤੇ ਉਸ ਇਤਿਹਾਸ ਕਹਿੰਦਾ ਵੀ ਬਾਬਾ ਗੁਰਬਖਸ਼ ਸਿੰਘ, ਇਤਿਹਾਸ ਬਾਬਾ ਜੀ ਦਾ ਨਾਮ ਆਉਂਦਾ ਬਾਬਾ ਗੁਰਬਖਸ਼ ਸਿੰਘ, 30 ਸਿੰਘਾਂ ਨਾਲ, 30 ਸਿੰਘਾਂ ਸਮੇਤ ਉਸ ਸਮੇਂ ਗੁਰਧਾਮਾਂ ਦੀ ਸੇਵਾ ਸੰਭਾਲ ਕਰ, ਸੇਵਾ ਸੰਭਾਲ ਕਰ, 30 ਸਿੰਘ ਸੀ ਇਹਨਾਂ ਦਾ ਬਾਬਾ ਗੁਰਬਖਸ਼ ਸਿੰਘ ਜੀ। ਕਹਿੰਦੇ ਜਦੋਂ ਪਤਾ ਲੱਗਾ ਰੋਹ ਵਿੱਚ ਆ ਗਏ, ਜੋਸ਼ ਵਿੱਚ ਆ ਗਿਆ, ਕਿਉਂਕਿ ਉਦੋਂ ਸਾਰੇ ਸਿੰਘ ਬਾਣੀ ਪੜ੍ਹਦੇ ਸੀ ਨਾ, ਸਾਰੇ ਸਿੰਘ ਬਾਣੀ ਪੜ੍ਹਨ ਵਾਲੇ ਸੀ, ਗੁਰੂ ਦੀ ਮੱਤ ਨਾਲ ਚੱਲਦੇ ਸੀ। ਅੱਜ ਆਪਾਂ ਗੁਰੂ ਨੂੰ ਆਪਣੀ ਮੱਤ ਨਾਲ ਚਲਾਉਂਦੇ, ਉਲਟਾ ਹੋ ਗਿਆ ਅੱਜ ਕੰਮ, ਅੱਜ ਉਲਟਾ ਹੋ ਗਿਆ, ਅੱਜ ਆਪਾਂ ਆਪਣੀ ਮੱਤ ਨਾਲ ਗੁਰੂ ਨੂੰ ਚਲਾਉਂਦੇ ਹਾਂ। ਉਦੋਂ ਜਿਹੜੇ ਸਿੱਖ ਸੀ ਉਹ ਗੁਰੂ ਦੀ ਮੱਤ ਨਾਲ ਚੱਲਦੇ ਸੀ, ਸਾਰੇ ਬਾਣੀ ਪੜ੍ਹਨ ਵਾਲੇ ਸੀ, ਰੋਜ਼ ਸੀ ਸਾਰਿਆਂ ਵਿੱਚ ਜੋਸ਼ ਬੜਾ। ਕਮਰ ਕਸੇ ਕਰ ਲਏ ਬਾਬਾ ਗੁਰਬਖਸ਼ ਸਿੰਘ ਨੇ, 30 ਸਿੰਘ ਸੀ, ਕਮਰ ਕਸੇ ਕਰ ਲਏ, ਕਮਰ ਕਸੇ ਤੇ ਜਾ ਕੇ ਫਿਰ ਮੁਗਲਾਂ ਨਾਲ ਲੜੇ। ਕਿਉਂਕਿ ਸੋਚਣ ਵਾਲੀ ਗੱਲ ਹੈ ਵੀ ਕਿੱਥੇ 30, ਕਿੱਥੇ 40,000, 40,000 ਕਿੱਥੇ 30। ਉਹ ਬਾਬਾ ਗੁਰਬਖਸ਼ ਸਿੰਘ 30 ਸਿੰਘ ਉਹਨਾਂ ਮੁਗਲ ਪਠਾਨਾਂ ਨਾਲ ਜੰਗ ਕੀਤੀ, ਉਹਨਾਂ ਮੁਗਲਾਂ ਨਾਲ ਲੜੇ, ਕਹਿੰਦੇ 300 ਮੁਗਲਾਂ ਪਠਾਨਾਂ ਨੂੰ ਮਾਰਿਆ ਤੇ ਫਿਰ ਸ਼ਹੀਦ ਹੋਏ। 300 ਮੁਗਲ ਪਠਾਨ ਇਹਨਾਂ ਨੇ ਮਾਰੇ, ਫਿਰ ਸ਼ਹੀਦ ਹੋਏ, ਸ਼ਹੀਦੀ ਇਹਨਾਂ ਪ੍ਰਾਪਤ। ਕਹਿੰਦੇ ਇੱਕ ਸਿੱਖ ਨਾ ਜਦੋਂ ਪਤਾ ਲੱਗਾ, ਚੜਿਆ ਘੋੜੇ ਤੇ, ਮਾਰੀ ਅੱਡੀ, ਬੜਾ ਘੋੜੇ ਤੇ ਤੇਜ ਸਵਾਰ, ਬੜਾ ਤੇਜ ਸਵਾਰ ਕਹਿੰਦੇ ਗਿਆ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਤਰਫ,
ਬਾਬਾ ਦੀਪ ਸਿੰਘ ਜੀ ਉਸ ਸਮੇਂ ਦਮਦਮਾ ਸਾਹਿਬ ਦੀ ਧਰਤੀ ਤੇ ਸੀ। ਉਹ ਸਿੰਘ ਕਹਿੰਦੇ ਦੱਸਣ ਗਿਆ ਪਹੁੰਚਿਆ ਨਾ ਜਦੋਂ ਬੜਾ ਤੇਜ ਸੀ ਘੋੜੇ ਤੇ ਬੜਾ ਤੇਜ ਪਹੁੰਚਿਆ ਦਮਦਮਾ ਸਾਹਿਬ ਦੀ ਧਰਤੀ ਤੇ ਬਾਬਾ ਦੀਪ ਸਿੰਘ ਜੀ ਅੰਦਰ ਸਨ ਸਿੰਘ ਬਾਹਰ ਖੜੇ ਆ ਘੋੜੇ ਤੋਂ ਥੱਲੇ ਉਤਰਿਆ ਪਹਿਲਾਂ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਫਤਿਹ ਬੁਲਾਈ ਫਤਿਹ ਬੁਲਾ ਕੇ ਕਹਿੰਦਾ ਖਾਲਸਾ ਜੀ ਉਹ ਜ਼ਾਲਮ ਉਹ ਪਾਪੀ ਜਿਹਨੂੰ ਬੜਾ ਮਾਣ ਹੈ ਬੜਾ ਹੰਕਾਰ ਹੈ ਆਪਣੇ ਆਪ ਨੂੰ ਵੱਡਾ ਜੋਧਾ ਸਮਝਦਾ ਹੈ ਵੱਡਾ ਜਰਨੈਲ ਆਪਣੇ ਆਪ ਨੂੰ ਸਮਝਦਾ ਜਹਾਨ ਖਾਂ ਜਿਹੜਾ ਹਜ਼ਾਰਾਂ ਦੀ ਤਾਦਾਦ ਵਿੱਚ ਮੁਗਲ ਪਠਾਣਾ ਨੂੰ ਮੁਗਲ ਪਠਾਣਾ ਦੀ ਫੌਜ ਆਪਣੇ ਨਾਲ ਲੈ ਕੇ ਅੰਮ੍ਰਿਤ ਸਰੋਵਰ ਪੂਰ ਦੇਣ ਆ ਗਿਆ ਪੂਰ ਦੇਣ ਆ ਗਿਆ ਉਹ ਜਾਨਮ ਉਹ ਪਾਪੀ ਕਹਿੰਦੇ ਜਦੋਂ ਦੱਸਿਆ ਨਾ ਕਹਿੰਦੇ ਸਿੰਘਾਂ ਨੇ ਸੁਣਿਆ ਤੇ ਸੁਣ ਕੇ ਕਹਿੰਦੇ ਤੂੰ ਇੱਥੇ ਕਿਉਂ ਆ ਗਿਆ ਫਿਰ ਏਦਾਂ ਸਿੰਘ ਬੋਲੇ ਕਹਿੰਦੇ ਉਹ ਕਹਿੰਦੇ ਤੂੰ ਇੱਥੇ ਕਿਉਂ ਆ ਗਿਆ ਤੂੰ ਵੈਰੀਆਂ ਨਾਲ ਲੜਦਾ ਤੂੰ ਮੁਗਲਾਂ ਨਾਲ ਜੰਗ ਕਰਦਾ ਇੱਥੇ ਕਿਉਂ ਆ ਗਿਆ ਸਿੰਘ ਕਹਿੰਦਾ ਮੈਂ ਜੇ ਵੈਰੀਆਂ ਨਾਲ ਲੜਦਾ ਮੁਗਲਾਂ ਨਾਲ ਲੜਦਾ ਤੇ ਸ਼ਹੀਦ ਹੋ ਜਾਂਦਾ ਤੁਹਾਨੂੰ ਕਿਹਨੇ ਦੱਸਣਾ ਸੀ ਇਸ ਗੱਲ ਬਾਰੇ ਬਾਬਾ ਦੀਪ ਸਿੰਘ ਜੀ ਨੂੰ ਕੌਣ ਜਾਣੂ ਕਰਾਉਂਦਾ ਕੌਣ ਕੌਣ ਦੱਸਦਾ ਬਾਬਾ ਦੀਪ ਸਿੰਘ ਜੀ ਕੌਣ ਜਾਣੂ ਕਰਾਉਂਦਾ ਜੋਸ਼ ਆ ਗਿਆ ਸੀ ਕਹਿੰਦੇ ਠੀਕ ਹੈ ਸਿੰਘ ਅੰਦਰ ਗਏ ਬਾਬਾ ਦੀਪ ਸਿੰਘ ਜੀ ਦੇ ਕੋਲ ਜਦੋਂ ਇਹ ਜਹਾਨ ਖਾਨ ਦੀ ਕਰਤੂਤ ਬਾਰੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਦੱਸਿਆ ਕਹਿੰਦੇ ਨੇਤਰਾਂ ਚ ਲਾਲੀ ਆ ਗਈ ਅੱਖਾਂ ਵਿੱਚ ਲਾਲੀ ਆ ਗਈ ਚਿਹਰੇ ਤੇ ਜਲਾਲ ਆ ਗਿਆ ਵੀਰ ਰਸ ਵਿੱਚ ਭਰ ਗਏ ਬਾਬਾ ਦੀਪ ਸਿੰਘ ਵੀਰ ਰਸ ਵਿੱਚ ਆ ਗਏ ਬਾਬਾ ਦੀਪ ਸਿੰਘ ਕਹਿੰਦੇ ਜ਼ਾਲਮ ਦੀ ਇੰਨੀ ਜੁਰਤ ਉਹ ਪਾਪੀ ਦੀ ਇੰਨੀ ਜੁਰਤ ਅੰਮ੍ਰਿਤ ਸਰੋਵਰ ਪੂਰ ਦੇਣ ਆ ਗਿਆ ਇੰਨੀ ਜੁਰਤ ਇਤਿਹਾਸ ਕਹਿੰਦਾ ਇਲਾਕੇ ਦੇ ਸਿੰਘਾਂ ਨੂੰ ਸੁਨੇਹੇ ਦੇ ਕੇ ਇਕੱਠ ਕੀਤਾ ਦਮਦਮਾ ਸਾਹਿਬ ਦੀ ਧਰਤੀ ਤੇ ਫਿਰ ਸਾਰਿਆਂ ਨੂੰ ਬਾਬਾ ਦੀਪ ਸਿੰਘ ਜੀ ਆਖਣ ਲੱਗੇ ਕਹਿੰਦੇ ਭਾਈ ਸਮਾਂ ਥੋੜਾ ਹੈ ਅਸੀਂ ਚੱਲੇ ਆ ਮੌਤ ਰਾਣੀ ਨੂੰ ਵਿਆਹਣ ਜਿਹੜਾ ਸਾਡੇ ਨਾਲ ਤੁਰਨਾ ਚਾਹੁੰਦੇ ਸ਼ਹੀਦੀ ਗਾਨਾ ਮੰਨ ਕੀ ਜਾਵੇ ਹੁਣ ਚੱਲਿਆ ਕਹਿੰਦੇ ਮੌਤ ਰਾਣੀ ਨੂੰ ਵਿਆਹਣ ਚਾਹੁੰਦੇ ਪਰ ਜਿਹੜਾ ਨਾਲ ਜਾਣਾ ਚਾਹੁੰਦਾ ਜਿਹੜਾ ਨਾਲ ਜਾਣਾ ਚਾਹੁੰਦਾ ਸ਼ਹੀਦੀ ਗਾਨਾ ਬੰਨ ਕੇ ਆਇਓ ਏਦਾਂ ਨਾ ਸ਼ਹੀਦੀ ਗਾਨਾ ਬੰਨ ਕੇ ਆਇਓ ਜਦੋਂ ਏਦਾਂ ਕਹਿੰਦੇ ਆ ਨਾ ਬਾਬਾ ਦੀਪ ਸਿੰਘ ਆਓ ਬੰਨ ਕੇ ਸ਼ਹੀਦੀ ਗਾਨੇ ਆਓ ਬੰਨ ਕੇ ਸ਼ਹੀਦੀ ਗਾਨੇ ਆਓ ਬੰਨ ਕੇ ਸ਼ਹੀਦੀ ਚੁੱਕ ਲਈ ਤਲਵਾਰ ਬਾਬਾ ਦੀਪ
रख के कलम, रख के कलम, बाबा दीप सिंह ने तलवार चुक ली। दमदमा साहब की धरती दे ना बाबा दीप सिंह जी ने भाई मनी सिंह जी दे नाल हो करके चार बीना धन गुरु ग्रंथ साहिब महाराज दी हाथ लिखत लिखी, हाथ लिखत लिखी है ना दमदमा साहब की धरती ते चार गुरु धामा ते पईया गुरु ग्रंथ साहिब महाराज जी दी बीना जिहड़ियां हाथ लिख लिख कलम नाल लिख ऐदा बनाई है भी रख के कलम बाबा दीप सिंह ने तलवार चुक ली। बोलियो तो रख के कलम बाबा दीप सिंह ने तलवार चुक ली, रख के कलम बाबा दीप सिंह ने तलवार चुक ली, रख के कलम बाबा दीप सिंह ने तलवार चुक ली, रख के कलम बाबा दीप सिंह ने तलवार चुक ली, रख के कलम बाबा दीप सिंह ने तलवार चुक ली, रख के कलम बाबा दीप सिंह ने तलवार चुक ली, रख के कलम बाबा दीप सिंह ने तलवार चुक ली, रख के कलम बाबा दीप सिंह ने तलवार चुक ली, रख के कलम बाबा दीप सिंह ने तलवार चुक ली, रख के कलम बाबा दीप सिंह ने तलवार चुक ली, रख के कलम बाबा दीप सिंह ने तलवार चुक ली, रख के कलम बाबा दीप सिंह ने तलवार चुक ली, रख के कलम बाबा दीप सिंह ने तलवार चुक ली। शहीदी गाना बन के आए सारे सिंह नाल तुर पए, क्योंकि किसे तो ए बेअदबी बर्दाश्त ना हो। मैं पहले अर्ज की सी जोश से सब विच रोस तुर पे सारे नाल, दमदमा साहब तो तुरे बाबा दीप सिंह, कई सिंह नाल ने रस्ते विच कहिंदे होर कई मिसलां दे सिंह नाल रलदे गए कई सिंह ना पता लग गया ते रलदे गए नाल। फिर पहुंचे तरन तारण साहब, ध्यान नाल सुनियो, फिर पहुंचे तरन तारण साहब, जो तरन तारण साहब की धरती ते पहुंचे कहिंदे 10,000 सिंघां दी फौज बाबा जी दे नाल इकट्ठी हो, 10,000 सिंघां दी फौज इकट्ठी होई बाबा दीप सिंह जी दे नाल। कहिंदे पहला दरबार साहब विच जाके नमस्कार कीती, मत्था टेकया, फिर जोदड़ी कीती, बाहर जाके अरदास कीती, गल पल्ला पा, गल च पल्ला पा के जदों बाबा दीप सिंह जी ने अरदोई कीती, बाहर जाके प्रण कीता, उदों प्रण कीता जी, अरदास कीती बाहर जाके, ते की कहिंदे बाबा दीप सिंह, आ दो चल लैना मैं सिंह अरदास गुजारदा, बाबा दीप सिंह जी कहिंदे आ ना मैं सिंह अरदास गुजारदा, मैं सिंह अरदास गुजार कर पल्ला पाले, I'm not
ਗੁਰਧਾਮ ਨੂੰ, ਮੈਂ ਮਰਨਾ ਹੈ ਗੁਰਧਾਮ ਨੂੰ ਆਜ਼ਾਦ ਕਰਾ ਕੇ। ਜੋ ਬੈਠੇ ਸਾਡੀ ਹਿੱਕ ਤੇ ਅੱਜ ਡੇਰਾ, ਮੈਂ ਜਲਮ ਵੈਰੀ ਸੋਧਣੇ ਅੰਮ੍ਰਿਤਸਰ ਜਾ ਕੇ, ਮੈਂ ਸਿੰਘ ਅਰਦਾਸ ਗੁਜ਼ਾਰਦਾ ਗਲ ਪੱਲਾ। ਅਰਦਾਸ ਕੀਤੀ ਤੇ ਹੁਕਮਨਾਮਾ ਸਾਹਿਬ ਲਿਆ। ਹੁਕਮਨਾਮਾ ਸਾਹਿਬ ਕਿਹੜਾ ਆਇਆ ਜੀ? ਹਰ ਕਾ ਨਾਮ ਧਿਆਏ ਕਹਿ ਹਰਿਆ ਭਾਈ, ਇਹ ਹੁਕਮਨਾਮਾ ਸਾਹਿਬ। ਕਰਮ ਲਖਨ ਤੈ ਪਾਈਐ ਇਹ ਰੁੱਤ ਸੁਹਾਈ, ਇਹ ਹੁਕਮਨਾਮਾ ਸਾਹਿਬ ਆਇਆ। ਅਰਦਾਸ ਕੀਤੀ ਹੁਕਮਨਾਮਾ ਸਾਹਿਬ ਲੈ ਕੇ ਬਾਹਰ ਆ ਗਏ। ਕਹਿੰਦੇ ਉਦੋਂ ਵੀ ਲੰਮੀ ਲਕੀਰ ਖਿੱਚ ਦਿੱਤੀ ਬਾਬਾ ਜੀ ਨੇ। ਕਹਿੰਦੇ ਉਹੀ ਪਾਰ ਕਰੇ ਜਿਹਨੂੰ ਸ਼ਹੀਦੀ ਪ੍ਰਵਾਨ ਹੈ। ਗਜ ਕੇ ਆਖੋ ਸਤਨਾਮ, ਜਿਹਨੂੰ ਸ਼ਹੀਦੀ ਪ੍ਰਵਾਨ ਹੈ ਉਹੀ ਪਾਰ ਕਰੇ, ਉਹੀ ਪਾਰ ਕਰੇ ਜਿਹਨੂੰ ਸ਼ਹੀਦੀ ਪ੍ਰਵਾਨ। ਪਰ ਕਹਿੰਦੇ ਸਾਰੀ ਫਿਰ ਪਾਰ ਕਰ, ਪਿੱਛੇ ਕੋਈ ਨੀ ਹਟਿਆ, ਇੱਕ ਵੀ ਪਿੱਛੇ ਨੀ, ਸਾਰੀ ਪਾਰ ਕਰ। ਤੇ ਉਸ ਸਮੇਂ ਬਾਬਾ ਦੀਪ ਸਿੰਘ ਜੀ ਦੇ ਨਾਲ ਕਈ ਸਿੰਘ ਸੂਰਮੇ, ਭਾਈ ਦਿਆਲ ਸਿੰਘ, ਭਾਈ ਬਲਵੰਤ ਸਿੰਘ, ਬਾਬਾ ਨੌਦ ਸਿੰਘ ਵਰਗੇ ਯੋਧੇ ਸੂਰਮੇ ਇਹ ਸਨ, ਯੋਧੇ ਜਿਹੜੇ ਬਾਣੀ ਨਾਲ ਜੁੜੇ। ਇਹਨਾਂ ਨੂੰ ਯੋਧੇ ਕਿਹਾ ਜਾਂਦਾ, ਜਿਹਨਾਂ ਨੂੰ ਕੋਈ ਹੰਕਾਰ ਨੀ, ਕੋਈ ਮਾਣ ਨੀ। ਨਾਲ ਨੇ ਕਹਿੰਦੇ ਜਦੋਂ ਤਰਨ ਤਾਰਨ ਸਾਹਿਬ ਤੋਂ ਤੁਰਨ ਲੱਗੇ ਤੇ ਹੋਣੀ ਆ ਗਈ, ਹੋਣੀ ਆਹ ਗੱਲ ਧਿਆਨ ਨਾਲ ਸੁਣਿਓ ਜਿਹੜਾ, ਹੋਣੀ ਆ ਗਈ ਮੌਤ ਆ ਗਈ। ਕਹਿੰਦੇ ਹੋਣੀ ਮੌਤ ਆ ਕੇ ਕਹਿੰਦੀ ਬਾਬਾ ਦੀਪ ਸਿੰਘ, ਹੋਣੀ ਕਹਿੰਦੀ ਬਾਬਾ ਤੂੰ ਨਾ ਜਾ ਜੰਗ ਵਿੱਚ,
तू ना जा जंग बिच। बाबा दीप सिंह कहते भाई तू कौन है? कहती मैं होनी आ 184 खाजा मेरा बलवान होनी। कहते कहना की चाहनी है? कहती बस यही कहना चाहनी है भी जंग बिच ना जा, ना जा जंग बिच। बाबा दीप सिंह आखन लगे कहते भावे होनी भावे तू कोई होवे मैं ते अरदास कर, मैं ते प्रण कर लिया भी अमृतसर नू आजाद करा के शहीद होवांगा, पहला नहीं होनी। मैं ते प्रण कर लिया महाराज अगे अरदास कर लई तुहानु गुरु ग्रंथ साहिब महाराज अगे अपने मालक अगे अपने अपने रब अगे अरदास। होड़ी बड़ा जोर लाउंदी है कहिंदी ना जा बाबा जंग विच रहण दे रहण दे, कहिंदी ना जा जंग विच। बाबा दीप सिंह कहिंदे मैं नहीं पिछे हटदा, भावे जो मर्जी हो जाए भावे होनी है तू कोई भी हो। कहते मेरी गल ध्यान सुन, ध्यान सुनी मेरी गल। होनी गई कहनी ना जा जंग बिच, पर बाबा दीप सिंह आखन लगे बोलो बोलो सुन ले तू होनी खड़ के। बाबा दीप सिंह सुन ले तू होनी खड़ के खंडा खड़का वांगा सुन ले तू होनी खड़ के खंडा खड़का वांगा रख के मैं शीश तली ते अमृतसर जावांगा सुन ले तू होनी खड़ के खंडा खड़का वांगा रख के मैं शीश तली ते अमृतसर जावांगा सुन ले तू होनी ਸ਼ੇਰਾਂ ਵਾਂਗੂ ਵੱਜਦੇ ਹੋਏ ਜ਼ਾਲਮ ਜਰਵਾਣਿਆਂ ਦੇ ਨੇੜੇ ਪਹੁੰਚੇ ਆ ਜਹਾਨ ਖਾਨ ਹਾਥੀ ਤੇ ਚੜਿਆ ਹੋਇਆ, ਹਾਥੀ ਤੇ ਚੜਿਆ ਹੋਇਆ ਜੀ ਤੇ ਮੁਗਲ ਪਠਾਨ ਫੌਜ ਇਹਦੇ ਨਾਲ 40,000 ਹਾਥੀ ਤੇ ਚੜਿਆ ਹੋਇਆ ਜਹਾਨ ਖਾਂ। ਜਦੋਂ ਬਾਬਾ ਦੀਪ ਸਿੰਘ ਜੀ ਨੂੰ ਆਉਂਦਿਆਂ ਵੇਖਿਆ ਨਾ ਇਹਨੇ ਇੰਨੇ ਤੇਜ ਆ ਰਹੇ ਸੀ ਸ਼ੇਰਾਂ ਵਾਂਗੂ ਵੱਜਦੇ ਹੋਏ, ਕਹਿੰਦੇ ਹੈਰਾਨ ਰਹਿ ਗਿਆ ਵੇਖ ਕੇ ਵੀ ਇੰਨੀ ਫੌਜ ਇੰਨੀ ਸਿੰਘਾਂ ਦੀ ਫੌਜ ਕਿੱਥੋਂ ਆ ਗਈ ਇੰਨੀ ਫੌਜ ਸਿੰਘਾਂ ਦੀ। ਕਹਿੰਦੇ ਵੇਖ ਕੇ ਜਹਾਨ ਖਾਂ ਨੂੰ ਤਰੇੜੀਆਂ ਆ ਗਈਆਂ, ਤਰੇੜੀਆਂ ਗੱਜ ਕੇ ਆਪਣੇ ਗੱਜ ਕੇ ਆਖੋ ਸਦਮਾ ਵਾਹ ਜਹਾਨ ਖਾਨ ਨੂੰ ਤਰੇੜੀਆਂ ਆ ਗਈਆਂ। ਕਹਿੰਦੇ ਵੇਖ ਕੇ ਤਰੇੜੀਆਂ ਆ ਗਈਆਂ ਫੌਜ ਸਿੰਘਾਂ ਦੀ ਤੱਕ ਕੇ ਫੌਜ ਸਿੰਘਾਂ ਦੀ ਫੌਜ ਸਿੰਘਾਂ ਦੀ ਤੱਕ ਕੇ ਬੈਰੀ ਹੋ
ਤੱਕ ਵੈਰੀ ਨੂੰ ਆਉਣ ਤਰੇਲੀਆਂ ਹੈਰਾਨ ਰਹਿ ਗਏ। ਇੰਨੀ ਫੌਜ ਸ਼ੇਰਾਂ ਵਾਂਗੂ ਵੱਜਦੇ ਹੋਏ ਚੜ ਗਏ ਜਾ ਕੇ ਮੁਗਲ ਪਠਾਣਾ ਤੇ। ਕਹਿੰਦੇ ਜੰਗ ਹੁੰਦੀ ਹੈ ਜੰਗ ਮੁਗਲ ਪਠਾਣ ਪਰ ਗੁਰੂ ਕੇ ਸਿੱਖ ਗੁਰੂ ਕੇ ਸਿੰਘ ਜੋ ਦੇ ਸੂਰਮੇ ਜੰਗ ਕਰਦੇ ਨੇ ਲੜਦੇ ਨੇ। ਕਹਿੰਦੇ ਸਿੰਘਾਂ ਨੇ ਕਿੰਨਿਆਂ ਨੂੰ ਮੌਤ ਦੇ ਘਾਟ ਉਤਾਰਿਆ, ਧਿਆਨ ਨਾਲ ਸੁਣੋ, ਕਿੰਨਿਆਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਆਪ ਵੀ ਸ਼ਹੀਦ ਹੋਏ, ਉਹਨਾਂ ਨੂੰ ਵੀ ਮਾਰ ਮੁਕਾਉਂਦੇ ਆਪ ਵੀ ਸ਼ਹੀਦ ਹੁੰਦੇ। ਤੇ ਧੰਨ ਬਾਬਾ ਦੀਪ ਸਿੰਘ ਜੀ ਦਾ ਖੰਡਾ ਚੱਲਦਾ ਜੀ ਖੰਡਾ। ਕਹਿੰਦੇ ਕਈ ਤਿੰਨ ਬੱਕਰੀਆਂ ਵਾਂਗ ਭੱਜਣ ਲੱਗ ਪਏ, ਉਦੋਂ ਹੀ ਖਿਸਕਣ ਲੱਗ ਪਏ ਪਿੱਛੇ ਨੂੰ। ਬਾਬਾ ਦੀਪ ਸਿੰਘ ਜੀ ਦਾ ਇੱਕਾ ਖੰਡਾ ਚੱਲਦਾ, ਕਹਿੰਦੇ ਪਿੱਛੇ ਨੂੰ ਖਿਸਕਣ ਲੱਗ ਪਏ। ਕਹਿੰਦੇ ਜਹਾਨ ਖਾਨ ਨੇ ਵੇਖਿਆ ਵੀ ਇਹ ਤੇ ਭੱਜਣ ਲੱਗ ਪਏ, ਹੁਣੇ ਹੀ ਖਿਸਕਣ ਲੱਗ ਪਏ। ਕਹਿੰਦੇ ਜਹਾਨ ਖਾਨ ਪਠਾਣਾ ਨੂੰ ਲਾਹਣਤਾਂ ਪਾਉਣ ਲੱਗ ਪਏ, ਲਾਹਣਤਾਂ ਪਾਉਂਦਾ ਲਾਹਣਤਾਂ। ਉਹ ਜ਼ਾਲਮ ਜਹਾਨ ਖਾਨ ਪਤਾ ਵੀ ਕੀ ਕਹਿੰਦਾ, ਉਹ ਕਹਿੰਦਾ ਇਹਨਾਂ ਮੁੱਠੀ ਭਰ ਕਾਫਰਾਂ ਤੋਂ। ਕਾਫਰ ਕਹਿੰਦੇ ਨੇ ਪਾਗਲ ਨੂੰ, ਪਾਗਲ ਨੂੰ ਕਾਫਰ। ਪਰ ਜਹਾਨ ਖਾਨ ਕਹਿੰਦਾ ਇਹਨਾਂ ਮੁੱਠੀ ਭਰ ਕਾਫਰਾਂ ਤੋਂ ਡਰ ਕੇ ਭੱਜ ਚੱਲਿਆ। ਕਹਿੰਦਾ ਜਾ ਤੇ ਆਪ ਮਰ ਜੋ, ਜਾ ਤੇ ਇਹਨਾਂ ਨੂੰ ਮਾਰ ਦਿਓ, ਲੜੋ ਜਾਂ ਮਰੋ, ਇੱਕ ਕੰਮ ਕਰੋ, ਆਖੋ ਸਤਨਾਮ। ਉਹ ਤੁਸੀਂ ਤੇ ਡਰ ਕੇ ਭੱਜ ਚੱਲੇ ਹੋ ਇਹਨਾਂ ਮੁੱਠੀ ਭਰ ਜੇ ਕਾਫਰਾਂ ਤੋਂ। ਕਹਿੰਦੇ ਜਦੋਂ ਪਠਾਣਾ ਨੇ ਸੁਣਿਆ ਤੇ ਉਹਨਾਂ ਨੂੰ ਹੌਸਲਾ ਜਾ ਮਿਲ ਗਿਆ ਵੀ ਮੁੱਠੀ ਭਰ ਕਾਫਰ, ਹੌਸਲਾ ਹੋ ਗਿਆ, ਹੌਸਲਾ ਹੋ ਗਿਆ। ਕਹਿੰਦੇ ਬਾਬਾ ਦੀਪ ਸਿੰਘ ਉਹਨਾਂ ਸੂਰਮਿਆਂ ਨੇ ਇਹਨਾਂ ਦਾ ਹੌਸਲਾ ਵੇਖ ਕੇ ਐਸਾ ਖੰਡਾ ਬਾਬਾ ਦੀਪ ਸਿੰਘ ਜੀ ਨੇ ਵਾਹਿ ਬਖੀਰ ਦੇ ਗਿਆ। ਖੰਡਾ ਚੱਲਦਾ ਬਾਬਾ ਦੀਪ ਸਿੰਘ ਜੀ ਮਾਰ ਮੁਕਾਉਂਦੇ ਆ ਬਾਬਾ ਦੀਪ ਸਿੰਘ, ਹੌਸਲਾ ਹੋ ਗਿਆ, ਵੇਖਿਆ ਬਾਬਾ ਦੀਪ ਸਿੰਘ ਜੋਸ਼ ਵਿੱਚ ਲੜਦੇ ਨੇ। ਬਾਬਾ ਦੀਪ ਸਿੰਘ ਜੋਸ਼ ਵਿੱਚ ਜੰਗ ਕਰਦੇ ਨੇ, ਜਾਲਮਾਂ ਨਾਲ ਮੌਤ ਦੇ ਘਾਟ ਉਤਾਰਦੇ। ਬਾਬਾ ਨੌਦ ਸਿੰਘ ਜੀ ਬੜੇ ਜੋਸ਼ ਵਿੱਚ ਲੜਦੇ, ਬੜੇ ਜੋਸ਼ ਵਿੱਚ ਜੰਗ ਕਰਦੇ। ਕਹਿੰਦੇ ਬਾਬਾ ਨੌਦ ਸਿੰਘ ਜੀ ਨੂੰ ਵੇਖਿਆ ਰੁਸਤਮ ਖਾਨ ਨੇ, ਜੋਸ਼ ਵਿੱਚ ਲੜ ਰਹੇ ਨੇ। ਰੁਸਤਮ ਖਾਨ ਨੇ ਜਦੋਂ ਬਾਬਾ ਨੌਦ ਸਿੰਘ ਨੂੰ ਜੋਸ਼ ਵਿੱਚ ਲੜਦਿਆਂ ਵੇਖਿਆ ਤੇ ਉਹਨੇ ਬਾਬਾ ਨੌਦ ਸਿੰਘ ਨੂੰ ਵੰਗਾਰਿਆ, ਰੁਸਤਮ ਖਾਨ ਨੇ ਮੇਰੇ ਨਾਲ ਵੇਖ ਲੈ ਕੇ ਉਹ ਵੰਗਾਰਦਾ ਬਾਬਾ ਨੌਦ ਸਿੰਘ ਨੂੰ ਵੰਗਾਰਿਆ ਰੁਸਤਮ ਖਾਨ ਨੇ। ਕਹਿੰਦਾ ਮੇਰੇ ਨਾਲ ਜੰਗ ਕਰ, ਵੰਗਾਰਦਾ। ਕਹਿੰਦੇ ਜਦੋਂ ਦੋਵੇਂ ਆਹਮਣੋ ਸਾਹਮਣੇ ਹੋਏ ਆ, ਦੋਵੇਂ ਜਦੋਂ ਆਹਮਣੋ ਸਾਹਮਣੇ ਹੋਏ ਇਕੱਠਿਆਂ ਨੇ ਵਾਰ ਕੀਤੇ ਸੰਗਦੇ, ਇਕੱਠਿਆਂ ਨੇ। ਅਸੀਂ ਤੇ ਬਹੁਤ ਵਾਰੀ ਸੰਗਤ ਵਿੱਚ ਬੇਨਤੀ ਕਰਨੇ ਹੁੰਦੇ ਆ ਵੀ ਕਈ ਵਾਰ ਅੰਦਰ ਮਨ ਵਿੱਚ ਭੁਲੇਖਾ ਪੈ ਜਾਂਦਾ ਵੀ ਉਹ ਤੂੰ ਏਦਾਂ ਸੁਣਿਆ ਇੱਥੇ ਏਦਾਂ ਸੁਣਾਇਆ ਜਾ, ਆਪਣੇ ਅੰਦਰ ਆ ਜਾਂਦੀ। ਮੈਂ ਬਹੁਤ ਵਾਰੀ ਬੇਨਤੀ ਕੀਤੀ ਪਰ ਕਾਰਨ ਇਹ ਆ ਵੀ ਇਤਿਹਾਸਕਾਰਾਂ ਨੇ ਵੱਖੋ ਵੱਖ ਲਿਖੇ ਹੁੰਦੇ ਆ, ਇੱਕੋ ਜਿਹੇ ਨਹੀਂ ਲਿਖੇ ਹੁੰਦੇ। ਕੋਈ ਆਪਣੇ ਤਰੀਕੇ ਨਾਲ ਕੋਈ ਕੁਝ ਲਿਖਦਾ, ਕੋਈ ਕੁਝ ਲਿਖਦਾ, ਆਪੋ ਆਪਣੇ ਢੰਗ ਨਾਲ ਲਿਖੇ ਹੋਏ ਨੇ ਇਤਿਹਾਸ। ਕੋਈ ਕੁਝ ਕਹਿੰਦਾ, ਕੋਈ ਕੁਝ ਲਿਖਦਾ, ਪਰ ਜਿਵੇਂ ਆਪਾਂ ਪੜ੍ਹਿਆ ਵੀ ਤੁਹਾਨੂੰ ਤੁਹਾਡੇ ਚਰਨਾਂ ਵਿੱਚ ਰੱਖ ਰਹੇ ਹਾਂ ਬੇਨਤੀ। ਸੋ ਧਿਆਨ ਨਾਲ ਮੇਰੀ ਬੇਨਤੀ ਸੁਣੇ, ਆਮੋ ਸਾਹਮਣੇ ਹੋਏ ਤੇ ਇਕੱਠਿਆਂ ਨੇ ਵਾਰ ਕੀਤੇ, ਭਾਵ ਬਾਬਾ ਨੌਦ ਸਿੰਘ ਨੇ ਰੁਸਤਮ ਖਾਨ ਤੇ ਵਾਰ ਕੀਤਾ, ਰੁਸਤਮ ਖਾਨ ਨੇ ਬਾਬਾ ਨੌਦ ਸਿੰਘ ਤੇ ਵਾਰ ਕੀਤਾ, ਇੱਦਾਂ ਕਹਿ ਲਓ ਸਾਂਝਾ ਵਾਰ ਹੋਇਆ, ਸਾਂਝਾ ਵਾਰ ਹੋਇਆ। ਤੇ ਰੁਸਤਮ ਖਾਨ ਵੀ ਮਾਰ ਮੁਕਾਇਆ, ਇਕੱਠੇ ਵਾਰ ਹੋਏ ਆ ਨਾ ਸਾਂਝੇ, ਰੁਸਤਮ ਖਾਨ ਵੀ ਮਾਰ ਮੁਕਾਇਆ ਤੇ ਬਾਬਾ ਨੌਦ ਸਿੰਘ ਵੀ ਸ਼ਹੀਦ ਹੋਏ, ਇਕੱਠਿਆਂ ਨੇ ਵਾਰ ਰੁਸਤਮ ਖਾਨ ਮਾਰ ਮੁਕਾਇਆ, ਮੌਤ ਦੇ ਘਾਟ ਉਤਾਰ ਦਿੱਤਾ ਤੇ ਬਾਬਾ ਨੌਦ ਸਿੰਘ ਜੀ ਵੀ ਸ਼ਹੀਦ ਹੋ ਗਏ। ਬਾਬਾ ਦੀਪ ਸਿੰਘ ਜੀ ਨੇ ਬਾਬਾ ਨੌਦ ਸਿੰਘ ਜੀ ਨੂੰ ਸ਼ਹੀਦ ਹੋਇਆ ਕਹਿੰਦੇ ਵੇਖਿਆ ਨਾ, ਫਿਰ ਹੋਰ ਜੋਸ਼ ਵਿੱਚ ਆ ਕੇ ਲੜਨ ਲੱਗੇ।
ਹੋਰ ਰੋਹ ਵਿੱਚ ਆ ਕੇ ਲੜਨ ਲੱਗੇ। ਲੜਦਿਆਂ ਲੜਦਿਆਂ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਆ ਗਿਆ ਜ਼ਬਰਦਸਤ ਖਾਨ। ਜ਼ਬਰਦਸਤ ਖਾਨ ਸਾਹਮਣੇ ਆ ਗਿਆ। ਕਹਿੰਦੇ ਜ਼ਬਰਦਸਤ ਖਾਨ ਨੇ ਬਾਬਾ ਦੀਪ ਸਿੰਘ ਜੀ ਦੇ ਕਹਿੰਦੇ ਜਦੋਂ ਵਾਰ ਕੀਤਾ ਨਾ ਤੇ ਬਾਬਾ ਦੀਪ ਸਿੰਘ ਜੀ ਨੇ ਉਹਦਾ ਵਾਰ ਰੋਕ ਲਿਆ, ਵਾਰ ਰੋਕ ਲਿਆ। ਫਿਰ ਆਪਣੇ ਖੰਡੇ ਨਾਲ ਉਹਦੇ ਵਾਰ ਕੀਤਾ ਤੇ ਜ਼ਬਰਦਸਤ ਖਾਂ ਵੀ ਬੋਲਿਆ, ਗੁਰੂ ਜ਼ਬਰਦਸਤ ਖਾਂ ਵੀ ਮਾਰ ਮੁੱਕਾ ਬਹੁਤ ਦੇ ਘਰ ਜ਼ਬਰਦਸਤ ਖਾਂ ਮਰ ਗਿਆ। ਜ਼ਬਰਦਸਤ ਬਹੁਤ ਦੇ ਘਰ ਟੁੱਟਾ, ਦੋ ਟੋਟੇ ਕਰਦੇ ਦੋ ਟੋਟੇ ਤੇ ਹਾਥੀ ਤੇ ਚੜਿਆ ਹੋਇਆ ਜਹਾਨ ਖਾਂ। ਜਹਾਨ ਖਾਂ ਨੇ ਵੇਖਿਆ ਇੱਧਰ ਰੁਸਤਮ ਖਾਂ ਮਰ ਗਿਆ, ਕਹਿੰਦੇ ਜ਼ਬਰਦਸਤ ਖਾਂ ਮਰ ਗਿਆ। ਉਹਨੇ ਵੇਖਿਆ ਵੀ ਮਰ ਗਿਆ, ਕਹਿੰਦੇ ਆਪ ਆ ਗਿਆ ਜਹਾਨ ਖਾਂ ਹਾਥੀ ਤੋਂ ਥੱਲੇ ਉਤਰਿਆ, ਆ ਗਿਆ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ। ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਆ ਗਿਆ। ਫਿਰ ਜਹਾਨ ਖਾਂ ਨੇ ਬਾਬਾ ਦੀਪ ਸਿੰਘ ਜੀ ਦੇ ਵਾਰ ਕੀਤਾ, ਬਾਬਾ ਦੀਪ ਸਿੰਘ ਜੀ ਨੇ ਜਹਾਨ ਖਾਂ ਤੇ ਵਾਰ ਕੀਤਾ, ਫਿਰ ਸਾਂਝਾ ਵਾਰ ਹੋਇਆ ਪਿਆਰੇ ਇਕੱਠਿਆਂ ਨੇ ਵਾਰ ਕੀਤਾ। ਬਾਬਾ ਦੀਪ ਸਿੰਘ ਜੀ ਨੇ ਜਹਾਨ ਖਾਂ ਤੇ ਵਾਰ ਕੀਤਾ, ਖੰਡੇ ਨਾਲ ਉਹਦਾ ਸੀਸ ਧੜ ਨਾਲੋਂ ਵੱਖ ਕਰਤਾ, ਉਹਦੇ ਵੀ ਦੋ ਟੋਟੇ ਕਰਤੇ ਤੇ ਜਹਾਨ ਖਾਂ ਦੀ ਤਲਵਾਰ ਦਾ ਵਾਰ ਬਾਬਾ ਦੀਪ ਸਿੰਘ ਜੀ ਦੇ ਸੀਸ ਤੇ ਹੋਇਆ ਤੇ ਬਾਬਾ ਦੀਪ ਸਿੰਘ ਜੀ ਦਾ ਸੀਸ ਹੁਣ ਧੜ ਨਾਲੋਂ ਵੱਖ ਹੋ ਗਿਆ। ਬਾਬਾ ਦੀਪ ਸਿੰਘ ਜੀ ਥੱਲੇ ਡਿੱਗੇ, ਧਰਤੀ ਤੇ ਡਿੱਗੇ, ਥੱਲੇ ਡਿੱਗੇ। ਜਹਾਨ ਖਾਂ ਵੀ ਮਾਰ ਮੁਕਾਇਆ, ਕਿੱਡੇ ਆਪਣੇ ਆਪ ਨੂੰ ਜਰਨੈਲ ਜੋ ਤੇ ਕਹਾਉਂਦੇ ਸਭ ਮਾਰ ਮੁਕਾ, ਕਿਉਂਕਿ ਜਿਹੜਾ ਹੰਕਾਰ ਹੈ ਹਮੇਸ਼ਾ ਹੀ ਗੁਰਮੁਖੋਂ ਢਹਿੰਦਾ ਹੀ ਹੁੰਦਾ ਤੇ ਸੱਚ ਦੀ ਹਮੇਸ਼ਾ ਹੀ ਜਿੱਤ ਹੁੰਦੀ ਹੈ, ਸੱਚ ਦੀ ਹਮੇਸ਼ਾ ਹੀ ਜਿੱਤ ਹੁੰਦੀ ਹੈ। ਹੰਕਾਰ ਢਹਿ ਜਾਂਦਾ ਹੈ, ਇੱਕ ਪਾਸੇ ਹੰਕਾਰ ਸੀ ਹੰਕਾਰ ਢਹਿ ਗਿਆ, ਹੁਣ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਨਾਲੋਂ ਵੱਖ ਹੋ ਗਿਆ। ਉਹ ਬਾਬਾ ਦੀਪ ਸਿੰਘ ਜੀ ਥੱਲੇ ਡਿੱਗ ਗਏ, ਧਰਤੀ ਤੇ ਡਿੱਗ ਗਏ, ਧਰਤੀ ਤੇ ਡਿੱਗ ਗਏ। ਕਹਿੰਦੇ ਹੋਣੀ ਆ ਗਈ, ਫਿਰ ਹੋਣੀ ਮੌਤ ਆ ਗਈ, ਹੋਣੀ ਆ ਗਈ, ਹੋਣੀ ਆਈ ਤੇ ਆ ਕੇ ਕਹਿੰਦੀ ਕਹਿੰਦੀ ਬਾਬਾ ਬੜਾ ਖਿੜ ਖਿੜ ਕੇ ਹੱਸਦੀ ਆ ਹੋਣੀ, ਬੜਾ ਖਿੜ ਖਿੜ ਕੇ। ਪਤਾ ਵੀ ਕੀ ਕਹਿੰਦੀ, ਕਹਿੰਦੀ ਬਾਬਾ ਤੈਨੂੰ ਕਿਹਾ ਸੀ ਨਾ ਵੀ ਨਾ ਜਾ ਜੰਗ ਵਿੱਚ, ਰੜੀ ਕਰਕੇ ਬਹਿ ਗਏ, ਮੈਂ ਤੈਨੂੰ ਬੜਾ ਜ਼ੋਰ ਲਾਇਆ ਨਾ ਜਾ ਜੰਗ ਵਿੱਚ, ਨਾ ਜਾ ਜੰਗ ਵਿੱਚ, ਪਰ ਬਾਬਾ ਤੂੰ ਤੇ ਕਹਿੰਦਾ ਸੀ ਕਿ ਮੈਂ ਪ੍ਰਣ ਕਰ ਲਿਆ, ਮੈਂ ਅਰਦਾਸ ਕਰ ਲਈ ਵੀ ਅੰਮ੍ਰਿਤਸਰ ਨੂੰ ਆਜ਼ਾਦ ਕਰਾ ਕੇ ਸ਼ਹੀਦ ਹੋਵਾਂਗਾ, ਪਰ ਕਹਿੰਦੀ ਬਾਬਾ ਤੇਰਾ ਤੇ ਸੀਸ ਧੜ ਨਾਲੋਂ ਵੱਖ ਹੋ ਗਿਆ, ਤੇਰਾ ਤੇ ਸੀਸ ਧੜ ਨਾਲੋਂ ਵੱਖ ਹੋ ਗਿਆ। ਬਾਬਾ ਤੂੰ ਕਹਿੰਦਾ ਸੀ ਮੈਂ ਅੰਮ੍ਰਿਤਸਰ ਨੂੰ ਆਜ਼ਾਦ ਕਰਾ ਕੇ ਸ਼ਹੀਦ ਹੋਵਾਂਗਾ, ਪਹਿਲਾਂ ਨੀ ਮੈਂ ਸ਼ਹੀਦ ਹੁੰਦਾ, ਪਹਿਲਾਂ ਨੀ ਮੈਂ ਮਰਦਾ। ਬੜਾ ਜ਼ੋਰ ਲਾਇਆ ਪਰ ਵੇਖ ਖਿੜ ਖਿੜ ਕੇ ਹੱਸਦੀ ਆ ਹੋਣੀ, ਤੇ ਨਾਲੇ ਕਹਿੰਦੀ ਹੈ ਹੋਣੀ ਕਹਿੰਦੀ ਹੈ ਲੱਖ ਚੌਰਾਸੀ ਮੇਰਾ ਖਾਜਾ, ਲੱਖ ਚੌਰਾਸੀ ਮੇਰਾ ਖਾਜਾ, ਮੈਂ ਹੋਣੀ ਬਲਵਾਨ ਬੜੀ, ਮੈਂ ਹੁਣ ਖੇਡ ਖੇਡ ਤਾਈਆਂ ਹੱਸਦੀ ਬਰਦਾਸੀ ਬਹੁਤ ਬੜੀ, ਲੱਖ ਚੌਰਾਸੀ ਮੇਰਾ ਖਾਜਾ, ਮੈਂ ਹੋਣੀ ਬਲਵਾਨ ਬੜੀ, ਮੈਂ ਹੁਣ ਖੇਡ ਖੇਡ ਤਾਈਆਂ ਹੱਸਦੀ ਬਰਦਾਸੀ ਬਹੁਤ ਬੜੀ, ਲੱਖ ਚੌਰਾਸੀ ਮੇਰਾ ਖਾਜਾ, ਮੈਂ ਹੋਣੀ ਬਲਵਾਨ ਬੜੀ, ਮੈਂ ਹੁਣ ਖੇਡ ਖੇਡ ਤਾਈਆਂ ਹੱਸਦੀ ਬਰਦਾਸੀ ਬਹੁਤ ਚੌਰਾਸੀ ਮੇਰਾ ਖਾਜਾ, ਮੈਂ ਹੋਣੀ ਬਲਵਾਨ ਬੜੀ, ਮੈਂ ਹੁਣ ਖੇਡ ਖੇਡ ਤਾਈਓ
मैं होनी पलवान बड़ी, मैं हुन खेड़ खेड़ ताइयो हसदी, तू करदा सी बहुत अड़ी, बड़ी अड़ी करदा, पर मैं तेनू बड़ा जोड़ा। सिंगा ने वेख्या बाबा दीप सिंह जी का सीस धड़ नाल वख हो गया, अखां चो कई जल का वराग वराग का जल बगण लग, वराग का जल अखां चो बगण लग, हाथ जोड़ के कहते बाबा जी तुसी ते अरदास कीती सी, बाबा जी तुसी ते प्रण कीता सी कि मैं अमृतसर नूं दरबार साहिब नूं आजाद करा के शहीद होवां, प्राप जी दा ते शीस धड़ नाल वख हो गया, शीस धड़ नाल वख हो गया। बाबा जी की सिख दी अरदास अधूरी रहेगी, तुसी ते प्रण कीता सी कि मैं अमृतसर नूं आजाद करा के शहीद होवांगा, कहते सिख की अरदास अधूरी रही। जो ऐदा गया ना ओ समय, कहते बाबा दीप सिंह जी का शरीर हिलिया, शरीर हिलिया, फिर फड़िया कहते हाथ में 18 शेर का खंडा तली ते रख के शीस बाबा दीप सिंह जी उठ गए। उठ गए कहते बाबा दीप सिंह, उठ गए, फड़ के हाथ में 18 शेर का खंडा फड़ लिया, तली ते रख के शीस उठ गए बाबा दीप सिंह। फिर वेखो कहिंदे इक हाथ विच 18 शेर दा खंडा तली ते रख के शीस, बिना शीस तो लड़दे, बिना शीस तो लड़दे ने बाबा दीप सिंह। कहिंदे पठाना नूं ते भाजणा पै गईआं भाजणा, उह कहिंदे जबरदस्त खां मर गया, जहान खां मर गया, रुस्तम खां मर गया, इह ते बड़े वड्डे अपने आप नूं जोधे समझदे सी, इह ते मर गए, हुण असीं की करांगे। हैरान हो गए बाबा दीप सिंह जी नूं वेख के, कहिंदे साथों नहीं लड़िया जाता, साथों नहीं लड़िया जाता, ओह ते मर गए, हुण असीं की करांगे, जहान खां जबरदस्त खां रुस्तम खां मर गया, की करांगे हुण असीं। ओह भी भज गए कहिंदे कि साथों नहीं लड़िया जाता, नहीं लड़िया जाता, क्यों? बाबा बिना शीस तो लड़ता, साथों लड़िया जाता, बिना शीस तो लड़ता, लड़िया जाता, बाबा बिना शीस तो लड़ता, लड़िया जाता, बाबा बिना शीस तो लड़ता, लड़िया जाता, बाबा बिना शीस तो लड़ता, साथों लड़िया जाता, बाबा बिना Yeah.
नहीं लड़िया जाता भज गए कई ने मुगल सारे दे सारे भज गए फिर ये बाबा दीप सिंह जी का प्रण पूरा बाबा दीप सिंह जी की कीती हुई अरदास पूरी हुई ते अमृतसर साहब नू आजाद दरबार साहब नू आजाद कराया प्राण पूरा होया कीती हुई अरदास पूरी हुई फिर वेखो कहिंदे बाबा दीप सिंह जी ना दरबार साहब अमृतसर साहब दियां परिक्रमा विच जाके परिक्रमा विच जाके नमस्कार कीती मत्था टेकिया फिर सचखंड नू चले सचखंड नू चाले पाए बाबा दीप सिंह जी ने शहीदी प्राप्त बाद विच सिंघां ने जिहड़ा पूर दित्ता सी ना वो साफ कीता सिंघां ने सरोवर जिहड़ा ने पूर साफ कीता धन गुरु ग्रंथ साहिब महाराज दा प्रकाश कीता उमई प्रकाश की गुरु साहिब दा प्रकाश कीता अज गुरुद्वारा शहीद गंज साहिब आपां सारे जाणदे बाबा दीप सिंह जी दा जिथे सीस दा और धड़ दा संस्कार जिथे बाबा दीप सिंह जी दा सीस और धड़ जिथे उन्हां दे सीस धड़ दा संस्कार कीता गुरुद्वारा शहीद गंज साहिब देशां विदेशां विचों संगतां आपां सारे संगतां वेखो लखां करोड़ां दी तादाद विच ਜਿੱਥੇ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਹਾਜ਼ਰੀਆਂ ਭਰਦੀਆਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਉੱਥੇ ਅੱਜ ਬਾਬਾ ਦੀਪ ਸਿੰਘ ਜੀ ਅਸਥਾਨ ਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਉੱਤੇ ਲੱਖਾਂ ਕਰੋੜਾਂ ਦੀ ਤਾਦਾਦ ਵਿੱਚ ਆਪਾਂ ਸਾਰੇ ਉੱਥੇ ਨਤਮਸਤਕ ਹੁੰਦੇ ਹਾਂ ਸਾਰੇ ਆਪਾਂ ਉੱਥੇ ਨਮਸਕਾਰਾਂ ਕਰਦੇ ਹਾਂ ਮੱਥੇ ਟੇਕਦੇ ਹਾਂ ਹਾਜ਼ਰੀਆਂ ਭਰਦੇ ਕਿੱਡੀ ਕੁਰਬਾਨੀ ਸੋਚ ਕੇ ਵੇਖੀਏ ਭਜਨ ਕਿੰਨਾ ਹੋਏਗਾ ਕਿੰਨੀ ਬੰਦਗੀ ਹੋਏਗੀ ਕਿੰਨਾ ਨਾਮ ਜਪਿਆ ਬਾਬਾ ਦੀਪ ਸਿੰਘ ਜੀ ਬਿਨਾਂ ਸੀਸ ਤੋਂ ਲੜੇ ਭਲੇ ਹਾਜ਼ਰ ਕਿਸੇ ਨੇ ਕਿਹਾ ਭਾਈ ਕਰਮਜੀਤ ਸਿੰਘ ਚੁੰਮਦਾ ਕਹਿੰਦਾ ਹੈ ਦਮਦਮੀ ਟਕਸਾਲ ਵਿੱਚ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਔਰ ਬਾਬਾ ਦੀਪ ਸਿੰਘ ਮੈਂ ਉਹਨਾਂ ਦੀ ਗੱਲ ਕਰ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਔਰ ਬਾਬਾ ਦੀਪ ਸਿੰਘ ਜੀ ਦੀ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਹੜੇ ਦਮਦਮੀ ਟਕਸਾਲ ਵਿੱਚ ਸ਼ਹੀਦ ਹੋਏ ਆ ਉਹਨਾਂ ਬਾਬਤ ਉਹ ਕਹਿੰਦਾ ਭਾਈ ਕਰਮਜੀਤ ਸਿੰਘ ਚੁੰਮਦਾ ਕਹਿੰਦਾ ਦਮਦਮੀ ਟਕਸਾਲ ਵਾਲੇ ਜੋ ਜਾਮ ਸ਼ਹਾਦਤ ਪੀ ਜਾਂਦੇ ਇਹ ਭਿੰਡਰਾਂ ਵਾਲੇ ਮਹਾਂਪੁਰਸ਼ ਔਰ ਬਾਬਾ ਦੀਪ ਸਿੰਘ ਜੀ ਦੇ ਦਮਦਮੀ ਟਕਸਾਲ ਵਾਲੇ ਜੋ ਜਾਮ ਸ਼ਹਾਦਤ ਪੀ ਜਾਂਦੇ ਸਤਿਗੁਰ ਲਈ ਜੋ ਹੱਸ ਹੱਸ ਮਰਦੇ ਮਰ ਮਰ ਕੇ ਵੀ ਜੀ ਸ਼ਹੀਦ ਹੋ ਗਏ ਕਹਿੰਦੇ ਮਰ ਮਰ ਕੇ ਵੀ ਜੀ ਜਾਂਦੇ ਅੱਜ ਵੀ ਜਿਉਂਦੇ ਨੇ ਕਿਉਂਕਿ ਅੱਜ ਵੀ ਉਹਨਾਂ ਦੀਆਂ ਯਾਦਾਂ ਦੁਬਈ ਮਨਾਈਆਂ ਜਾਂਦੀਆਂ ਅੱਜ ਵੀ ਯਾਦਾਂ ਉਹਨਾਂ ਦੀਆਂ ਮਨਾਈਆਂ ਜਾਂਦੀਆਂ ਨੇ ਅੱਜ ਵੀ ਸਾਡੇ ਵਿੱਚ ਨੇ ਅੱਜ ਵੀ ਵਿੱਚ ਨੇ ਉਹਨਾਂ ਦੇ ਕੋਈ ਸ਼ਹੀਦੀ ਦਿਹਾੜੇ ਹੋਣ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੋਵੇ ਜਨਮ ਦਿਹਾੜਾ ਹੋਵੇ ਤੇ ਵੇਖੋ ਪੂਰੇ ਆਲ ਵਰਲਡ ਵਿੱਚ ਮਨਾਇਆ ਜਾਂਦਾ ਕੁਰਬਾਨੀ ਸੀ ਉਹਨਾਂ ਦੀ ਸਵਾਓ ਆਪਾਂ ਵੀ ਸੇਧ ਲਈ ਨਮਸਕਾਰ ਹੈ ਉਹਨਾਂ ਕੁਰਬਾਨੀਆਂ ਕੀਤੀਆਂ ਵੱਡੀਆਂ ਵੱਡੀਆਂ ਹਮੇਸ਼ਾ ਹੀ ਸਿਰ ਸਿਰ ਹਮੇਸ਼ਾ ਹੀ ਉਹਨਾਂ ਨੂੰ ਪ੍ਰਣਾਮ ਰਵੇ ਹਮੇਸ਼ਾ ਹੀ ਸਾਡੇ ਹਿਰਦੇ ਵਿੱਚ ਵਸੇ ਹਮੇਸ਼ਾ ਇਹ ਤਾਕਤ ਕਿੱਥੋਂ ਆਉਂਦੀ ਹੈ ਜੀ ਇਹ ਅੰਮ੍ਰਿਤ ਵਿੱਚੋਂ ਤਾਕਤ ਆਉਂਦੀ ਹੈ ਇਹ ਸ਼ਕਤੀ ਕਿੱਥੇ ਆਉਂਦੀ ਹੈ ਨਾਮ ਵਿੱਚੋਂ ਸ਼ਕਤੀ ਆਉਂਦੀ ਅੰਮ੍ਰਿਤ ਵਿੱਚੋਂ ਸ਼ਕਤੀ ਆਉਂਦੀ ਹੈ ਮੈਨੂੰ ਹੁਕਮ ਹੋਇਆ ਸੀ ਵੀ ਜਿਹੜੀ ਆਪਾਂ ਕੱਲ੍ਹ ਧਾਰਨਾ ਪੜ੍ਹੀ ਸੀ ਨਾ ਇੱਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲਾ ਘੂਰ ਘੂਰ ਮੌਤ ਨੂੰ ਡਰਾਵੇ ਤੇ ਰੱਖਾਂ ਹੁਕਮ ਹੋਇਆ ਸੀ ਵੀ ਪੜ੍ਹਨੀ ਅੱਜ ਤੁਸੀਂ ਫੇਰ ਆਓ ਆਪਾਂ ਪੜ੍ਹਦੇ ਇੱਕ ਮੁੱਠ ਖਾ ਕੇ ਤੇਰੇ ਲੰਗਰਾਂ ਚੋਂ ਛੋਲਿਆਂ ਦੇ ਹਾਥੀਆਂ ਦੇ ਨਾਲ ਮੱਥਾ ਲਾਵੇ ਤੇਰਾ ਖਾਲਸਾ ਤੇਰੇ ਦਰਬਾਰ ਦੀਆਂ ਬਹੁਕਰਾਂ ਨੂੰ ਰਾਜ ਜਾਣੇ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ ਜੇ ਕਿਤੇ ਗੋਲੀਆਂ ਦੇ ਪਰਖਣੇ ਦੀ ਲੋੜ ਪੈ ਜੇ ਹੱਸ ਹੱਸ ਛਾਤੀਆਂ ਨੂੰ ਡਾਵੇ ਤੇਰਾ ਬੜੇ ਇੱਥੋਂ ਹੀ ਆਉਂਦੀ ਹੈ ਤਾਕਤ ਆਪਾਂ ਵੀ ਲੈਣੀ ਆਪਾਂ ਵੀ ਸ਼ਕਤੀ ਲੈਣੀ ਹੈ ਨਾਮ ਸ਼ਕਤੀ ਹੈ ਨਾ ਭਗਤੀ ਵਿੱਚ ਸ਼ਕਤੀ ਇੱਕ ਘੁੱਟ ਪੀ ਕੇ ਤੇਰੇ
ਘੁੱਟ ਪੀ ਕੇ ਤੇਰੇ ਪਾਟੇ ਚੋਂ ਪਰੇ ਕੁਵਾਲਾ ਇੱਕ ਘੁੱਟ ਪੀ ਕੇ ਤੇਰੇ
गई अज भी अमृत छक के बाणी बाणी दे लड़ लग गए अज भी गई असर गुरु तो बेमुख ने ना बाणी तो बेमुख जेड़े गुरु नू भुल गए जेड़े कहते रब नहीं हुंदा रब नू भी असीं याद करदे रब नू भुल के उन्हां दे कोल हुण गड्डियां माया होवे कोठी तकड़ी पाई होवे घर बार दे तकड़ा पाया होवे रब नू भुल गए जे उस बंदे कोल जेड़ा रब नू नहीं मानता है सारा कुछ ओदे कोल फिर ए ना सोचे भी मैं सुखी हाँ रब नू भुल के भी सारा कुछ है मेरे कोल भी मैं तो सुखी हाँ दुखी नहीं कि मैं तो चैन की नींद सुनना पर नहीं वो बंदे सुखी नहीं जी वो चैन की नींद नहीं सुनते वो दुखी ने वो जेड़े बाणी नालों बेमुख हो के जीवन जिउंदे फिरदे वो कहिंदे आनंद विच जीवन साडा असी शेरां वांगू अपना जीवन बतीत करने आ ना जी ना जे बाणी तो विछड़े होए ने जे उन्होंने गुरु नूं भुलाया होया फिर माफ करना शेरां वांगू नहीं सुखी जिंदगी नहीं जो रहे वो कहड़ी जिंदगी जो रहे ने गिदड़ां वाली जिंदगी आ बेनती मैं तो जे गुरु नूं भुल के आपां जीवन जीवांगे तां वधिया जीवन है साडा नहीं पशुआं वाला जीवन गिदड़ां वाला जीवन करतूत पशु की मान सजात लोक मजारा करे दिन रात पर जेड़ा अमृत छक दा गिदड़ां तो बन जांदा शेर बनाया मर जावे पर गिदड़ नहीं बनना भाई शेर बन की कहिंदे ने असी ਬਖਾਇਆ ਅੰਮ੍ਰਿਤ ਨੇ ਅਸੀਂ ਗਿੱਦੜਾਂ ਵਾਂਗੂ ਜਿਉਂਦੇ ਸਾਂ ਸਾਨੂੰ ਸ਼ੇਰ ਬਣਾਇਆ ਅੰਮ੍ਰਿਤ ਸਵਾਓ ਦੋ ਦਿਨੀ ਅੱਜ ਵੀ ਇਹੋ ਬੇਨਤੀ ਕਰਾਂਗਾ ਅੰਮ੍ਰਿਤ ਕੇਸ ਰੱਖੋ ਦਾੜੀਆਂ ਰੱਖੋ ਮੇਰੀ ਗੱਲ ਦਾ ਬੁਰਾ ਨਾ ਮੰਨਿਓ ਕਿਉਂਕਿ ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ ਇਹ ਬੇਨਤੀਆਂ ਕਰਨੀਆਂ ਪੈਂਦੀਆਂ ਨੇ ਜੀ ਜ਼ਰੂਰੀ ਨੇ ਪਰ ਵੱਧ ਤੋਂ ਵੱਧ ਸੰਗਤ ਕਰੋ ਜਿਉਂ ਜਿਉਂ ਤੁਸੀਂ ਸੰਗਤ ਕਰੋਗੇ ਕਰੋਗੇ ਫਿਰ ਤਾਂ ਸਾਨੂੰ ਵੀ ਕਹਿਣ ਦੀ ਲੋੜ ਨਹੀਂ ਪੈਣੀ ਅੰਮ੍ਰਿਤ ਛਕ ਦੋ ਪਰ ਇਹ ਬੇਨਤੀ ਕਰਨੀ ਪਈ ਅੰਮ੍ਰਿਤ ਛਕੀ ਗੁਰੂ ਵਾਲੇ ਬਣ ਗਏ ਤੇਰੀ ਸਿੱਖੀ ਨੂੰ ਦਾਗ ਨਾ ਲਾਇਆ ਪੁਰਜਾ ਪੁਰਜਾ ਇਹਦੇ ਪਿੱਛੇ ਕੁਰਬਾਨੀਆਂ ਕਰ ਗਏ ਸਵਾਉਣਾ ਦੇ ਧੀਆਂ ਪੁੱਤਰ ਬਣੀਏ ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ ਖੰਡੇ ਬਾਟੇ ਦੀ ਪੌਣ ਛਕ ਗਏ
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜ ਕੇ ਸਤਿਗੁਰਾਂ ਦੇ ਧੀਆਂ ਪੁੱਤਰ ਬਣੀਏ। ਦੋ ਘੰਟਿਆਂ ਦੇ ਉੱਤੇ ਹੋ ਗਿਆ ਸਮਾਂ, ਸੋ ਬੜੇ ਪ੍ਰੇਮ ਨਾਲ ਆਪ ਜੀ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕਰਕੇ ਕੀਰਤਨ ਕਥਾ ਦਾ ਆਨੰਦ ਮਾਣਿਆ। ਸਤਿਗੁਰੂ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਤਿੰਨ ਦਿਨ ਆਪ ਜੀ ਨੇ ਵੱਧ ਚੜ ਕੇ ਹਾਜ਼ਰੀ ਭਰੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਤਹਿ ਦਿਲੋਂ ਧੰਨਵਾਦ ਸਾਰੀਆਂ ਸੰਗਤਾਂ ਦਾ, ਜਿਤਨੇ ਕਦਮ ਰੱਖੇ ਸਾਡੇ ਸਿਰ ਵੱਲ, ਸਭ ਪ੍ਰਬੰਧਕਾਂ ਦਾ, ਸਭ ਸੇਵਾਦਾਰਾਂ ਦਾ ਧੰਨਵਾਦ ਕਰਨਾ, ਪ੍ਰਬੰਧਕ ਕਮੇਟੀ ਦਾ ਧੰਨਵਾਦ ਜਿਨ੍ਹਾਂ ਨੇ ਉੱਦਮ ਕੀਤਾ, ਉਪਰਾਲਾ ਕੀਤਾ ਸਾਡੇ ਭਲੇ ਦੀ ਖਾਤਰ। ਸਤਿਗੁਰੂ ਇਹਨਾਂ ਨੂੰ ਇੱਦਾਂ ਹੀ ਇਹੋ ਜਿਹੇ, ਕਿਉਂਕਿ ਸਤਿਗੁਰੂ ਕਰਵਾਉਂਦੇ ਆ ਨਾ, ਸਤਿਗੁਰੂ ਸੇਵਾ ਲਾਉਂਦੇ, ਤੇ ਸਤਿਗੁਰੂ ਇਸੇ ਤਰ੍ਹਾਂ ਕਰਵਾਉਂਦੇ ਰਹਿਣੇ, ਮਹਾਰਾਜ ਮਿਹਰ ਕਰਨ। ਧੰਨ 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 ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਕੋਟਾਨ ਕੋਟ ਸ਼ੁਕਰ, ਕੋਟਾਨ ਕੋਟ ਸ਼ੁਕਰ, ਕੋਟਾਨ ਜਿਨ੍ਹਾਂ ਨੇ ਸਾਡੇ ਤੇ ਕਹਿਵੇ ਕੋ ਸੋਬਾਨੀ ਦੇਖਾ ਹੀ ਐਡੀ ਮਿਹਰ ਕਰ ਦਿੱਤੀ, ਮਹਾਰਾਜ ਨੇ ਐਡੀ ਕਿਰਪਾ ਕੀਤੀ। ਸਤਿਗੁਰੂ ਇਸੇ ਤਰ੍ਹਾਂ ਬਣਾਈ ਰੱਖੋ। ਆਪਾਂ ਸ਼ਬਦ ਪੜਿਆ ਸੀ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਬੋਲ ਨਾ ਜਾਣਾ, ਮਾਇਆ ਮਦ ਮਾਤਾ ਮਰਨਾ ਜੀਤ ਨਾਮ ਹੈ। ਆਓ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਈਏ, ਸਤਿਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਈਏ, ਤਾਂ ਜੋ ਨਾਨਕ ਨਾਮ ਚੜ੍ਹਦੀ ਕਲਾ, ਬੋਲੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਸ਼ੁਕਰ, ਅਸ਼ੀਰਵਾਦ ਮਹਾਪੁਰਸ਼ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਮਹਾਰਾਜ ਸੰਤ ਅਜੀਤ ਸਿੰਘ ਜੀ ਨਫਮਲਪੁਰ ਵਾਲੇ, ਔਰ ਮੌਜੂਦਾ ਮਹਾਪੁਰਸ਼ ਬਾਬਾ ਕਰਮ ਸਿੰਘ ਜੀ ਨਫਮਲਪੁਰ ਵਾਲੇ, ਜਨਮ ਭੂਮੀ ਨਫਮਲਪੁਰ ਨੇੜੇ ਮਰਿੰਡਾ ਰੋਪੜ, ਉਹਨਾਂ ਦੀ ਕਿਰਪਾ ਸਦਕਾ ਗੁਰਸਿੱਖ ਸੰਗਤਾਂ ਦੇ ਦਰਸ਼ਨ ਦਦਾਰ ਕਰ ਰਹੇ ਹਾਂ। ਹਮੇਸ਼ਾ ਹੀ ਅਰਜ਼ ਹੈ ਅਤੇ ਕਰਦੇ ਰਹਾਂਗੇ, ਜਿਤਨਾ ਕੁ ਸਰੀਰ ਵਿੱਚ ਸਾਹ ਹੈ ਨੇ, ਸਤਿਗੁਰੂ ਆਪਣੇ ਦਰ ਘਰ ਦੀ ਸੇਵਾ ਇੱਦਾਂ ਹੀ ਲੈਂਦੇ ਰਹਿਣ, ਹਰ ਦਿਨ ਰਹਿਣ, ਕੀਰਤਨ ਗਾਈਏ, ਕਿਉਂਕਿ ਮਹਾਰਾਜ ਨੇ ਹੁਣ ਡਿਊਟੀ ਲਗਾ ਦਿੱਤੀ, ਸਤਿਗੁਰੂ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਹਰ ਦਿਨ ਰਹਿਣ ਕੀਰਤਨ ਗਾਈਏ, ਬਹੁੜ ਨਾ ਜੂਨੀ ਪਾਈਏ, ਜਿਸ ਦੇਵ ਹੈ ਪੁਰਖ ਵਧਾਤਾ, ਹਰ ਰਸ ਤਿਨ ਹੀ ਜਾਤਾ, ਚਮਕੰਦਰ ਨੇੜ ਨਾ ਆਇਆ, ਸੁਖ ਨਾਨਕ ਸ਼ਰਣੀ ਕਰ ਬੰਦੇ ਤੂੰ ਬੰਦਗੀ ਜਿੰਚਰ ਕੱਟ। ਸੋ ਸਤਿਗੁਰੂ ਸਾਹਿਬ ਤੇ ਮਿਹਰ ਕਰ। ਗੁਰਦੁਆਰਾ ਗੁਪਤ ਖਜ਼ਾਨਾ ਗੋਬਿੰਦ ਸਾਗਰ ਸਾਹਿਬ ਸਹੇੜੀ ਸਹੇੜੀ ਨਗਰ ਆਪ ਜੀ ਨੂੰ ਪਤਾ ਹੀ ਹੈ, ਜਿੱਥੇ ਗੰਗੂ ਬ੍ਰਾਹਮਣ ਨੇ ਮਾਇਆ ਛੁਪਾਈ, ਗੁਰਦੁਆਰਾ ਗੁਪਤ ਖਜ਼ਾਨਾ ਗੋਬਿੰਦ ਸਾਗਰ ਸਾਹਿਬ, ਉਸ ਅਸਥਾਨ ਤੇ ਹਰ ਮਹੀਨੇ ਦੀ 13 ਤਰੀਕ ਨੂੰ ਭਾਈ ਸਮਾਗਮ ਹੁੰਦਾ ਹੈ। ਇਹ ਬੇਨਤੀ ਆਪ ਜੀ ਨੇ ਪ੍ਰਵਾਨ ਕਰਨ ਲਈ ਸੁਣਿਓ, ਹਰ ਮਹੀਨੇ ਦੀ 13 ਤਰੀਕ ਨੂੰ ਗੁਰਦੁਆਰਾ ਗੁਪਤ ਖਜ਼ਾਨਾ ਗੋਬਿੰਦ ਸਾਗਰ ਸਾਹਿਬ ਵਿਖੇ ਸਵੇਰੇ 10 ਵਜੇ ਤੋਂ ਲੈ ਕਰਕੇ ਸ਼ਾਮ 4 ਵਜੇ ਤੱਕ ਸਮਾਗਮ ਹੁੰਦਾ ਹੈ। ਰਾਗੀ ਢਾਡੀ ਕਥਾ ਵਾਚਕ ਮਹਾਂਪੁਰਸ਼ ਹਾਜ਼ਰੀਆਂ ਭਰਦੇ ਨੇ ਸਵੇਰੇ 10 ਵਜੇ ਤੋਂ ਲੈ ਕਰਕੇ ਸ਼ਾਮ 4 ਵਜੇ ਤੱਕ। ਸੋ ਆਪ ਜੀ ਨੇ ਉੱਥੇ ਵੀ ਹਾਜ਼ਰੀ ਭਰਨੀ, ਉੱਥੇ ਵੀ ਹੋਰਾਂ ਨੂੰ ਪ੍ਰੇਰ ਕੇ ਨਾਲ ਲੈ ਕੇ ਆਇਓ, ਵੱਧ ਚੜ੍ਹ ਕੇ ਉੱਥੇ ਵੀ ਆਪ ਜੀ ਨੇ ਦਰਸ਼ਨ ਦੇਣੇ। ਇਹ ਆਪ ਜੀ ਨੇ ਬੇਨਤੀ ਪ੍ਰਵਾਨ ਕਰਨੀ, ਭਈ ਪ੍ਰਾਪਤ ਮਾਨੁੱਖ ਦੇ ਹੋ ਰਹੀ ਆ, ਲੰਘ ਨਾ ਜਾਵੇ ਕਿਤੇ ਹੱਥੋਂ ਵੇਲਾ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਗੁਰਦੁਆਰਾ ਗੁਪਤ ਖਜ਼ਾਨਾ ਗੋਬਿੰਦ ਸਾਗਰ ਸਾਹਿਬ ਸਹੇੜੀ, ਜਿੱਥੇ ਗੰਗੂ ਬ੍ਰਾਹਮਣ ਨੇ ਮਾਇਆ, ਉਸ ਸਥਾਨ ਤੇ ਸਮਾਗਮ ਸਵੇਰੇ 10 ਵਜੇ ਤੋਂ ਲੈ ਕਰ ਸ਼ਾਮ 4 ਵਜੇ ਤੱਕ ਹਰ ਮਹੀਨੇ ਦੀ 13 ਤਰੀਕ ਨੂੰ ਉੱਥੇ ਆਪ ਜੀ ਨੇ ਦਰਸ਼ਨ। ਇੱਕ ਵਾਰੀ ਫਿਰ ਸਾਰੀਆਂ ਸੰਗਤਾਂ ਦਾ, ਸਭ ਪ੍ਰਬੰਧਕਾਂ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ। ਆਓ ਗੱਜ ਵੱਜ ਕੇ ਆਨੰਦ ਸਾਹਿਬ ਵਿੱਚ ਅਰਦਾਸ ਵਿੱਚ ਸ਼ਾਮਲ ਹੋਣਾ, ਹੁਕਮਨਾਮੇ ਸੁਣਨੇ ਨੇ, ਸਤਿਗੁਰੂ ਜਾਣਗੇ ਫਿਰ ਚੱਲਾਂਗੇ, ਹਾਲ ਨਾ ਕਰਿਓ। ਆਓ ਜੀ ਹੁਣ ਆਨੰਦ ਸਾਹਿਬ ਛੁੱਟੀਆਂ ਲਈਏ ਗੁਰੂ ਸਾਹਿਬ ਤੋਂ ਵਾਜਾ ਨਾਲ। ਸਤਿਗੁਰ ਪ੍ਰਸਾਦ ਮੇਰੀ ਬਾਹ
ਬਹੁਤਾ ਨਹੀਂ ਕਮੇਟੀ ਜਾ ਬਾਟ ਜਰਾ ਅੱਖਾਂ ਬੰਦ ਕਰਕੇ ਬੈਠੇ ਚੌਂਕੜੇ ਲਾ ਲਓ ਸਿੱਧੀਆਂ ਕਰ ਲਓ ਜੀ ਲੱਤਾਂ ਵਾਜਾ ਨਾ ਦੇ ਕੋਈ ਸਭ ਜਮੇ ਹੋ ਜਾਵੇ ਪਿਆਰ ਥੋੜਾ ਤੋਂ ਪਿੱਛੇ ਹੋ ਥੋੜਾ ਜਿਹਾ ਵਾਹਿਗੁਰੂ।
ਵਾਹਿਗੁਰੂ ਜਪੋ ਜੀ ਜਪੋ 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 ਵਾਹਿਗੁਰੂ ਜਿਨੀ ਨਾਮ ਤੇ ਆਇਆ ਗਏ ਸਖਤ ਨਾਮ ਨਾਨਕ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ